ਪਰ ਉਹ ਰਾਮਾਇਣ ਬਣੀ, ਮਹਾਭਾਰਤ ਬਣੀ, ਉਹਦੇ ਵਿੱਚ ਕਿਰਦਾਰ ਹੋਏ, ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਉਹੀ ਕਿਰਦਾਰ ਕੁਛ ਹੋਰ ਕਰਦੇ ਹੋਏ ਦੇਖੇ। ਮੈਂ ਉਹੀ ਕਹਿ ਰਿਹਾ ਨਾ ਤੁਹਾਨੂੰ, ਇਹਨਾਂ ਨੂੰ ਚੀਜ਼ਾਂ ਨੂੰ ਰੋਕਣ ਲਈ ਸਾਨੂੰ ਲੋਕਾਂ ਨੂੰ ਪ੍ਰਯਾਸ ਲਗਾਤਾਰ ਕਰਨੇ ਪੈਣਗੇ, ਔਰ ਸੰਤ ਸਮਾਜ ਇਸ ਲਈ ਸਕਸ਼ਮ ਹੈ। ਸਕਸ਼ਮ ਹੈ ਤੇ ਇਹ ਸੰਪੂਰਨ ਹੋਣ ਦੀ ਉਮੀਦ ਅਸੀਂ ਹੁਣ ਜਨਵਰੀ ਤੱਕ ਰੱਖੀਏ। ਜਨਵਰੀ 'ਚ 40% ਮਖੌਲ ਉਡਾਉਣ ਲੱਗੇ, ਇੱਕ ਵਾਰੀ ਨਹੀਂ ਸੋਚਦਾ ਹੈਗਾ। ਦੇਵੀ ਦੇਵਤਿਆਂ ਵਾਸਤੇ ਵੀ ਕਟਾਕਸ਼ ਕੀਤੇ ਜਾਂਦੇ ਨੇ। ਅਗਰ ਅਸੀਂ ਹੁਣ ਮੁਸਲਮਾਨ ਦੇ ਬੱਚੇ ਨੂੰ ਦੇਖੀਏ, ਉਸਨੂੰ 4 ਸਾਲ ਦੇ ਬੱਚੇ ਨੂੰ ਬੱਕਰਾ ਈਦ 'ਤੇ ਬੱਕਰਾ ਕਟਾ ਕੇ ਖੂਨ ਦਿਖਾ ਕੇ ਇਹ ਚੀਜ਼ ਪੜ੍ਹਾਈ ਜਾਂਦੀ ਹੈ ਕਿ ਬੇਟਾ ਇਸਲਾਮ ਖਤਰੇ 'ਚ ਹੋਵੇ ਤਾਂ ਤੂੰ ਕੁਰਬਾਨ ਹੋ ਜਾ ਜੰਨਤ। ਸਿੱਖ ਬੱਚੇ ਨੂੰ ਅੰਮ੍ਰਿਤ ਧਾਰਨ 5 ਸਾਲ ਦੇ ਬੱਚੇ ਨੂੰ ਕਰਾ ਕੇ ਕਹਿੰਦੇ ਹੈ ਕਿ ਤੂੰ ਪੰਥ ਖਤਰੇ 'ਚ ਹੋਵੇ ਕੁਰਬਾਨ ਹੋ ਜਾ, ਤੈਨੂੰ 10ਵੇਂ ਪਾਤਸ਼ਾਹ ਮੋਕਸ਼ ਪ੍ਰਾਪਤ ਕਰਾ। ਸਾਡੇ ਤਾਂ 12 ਸਾਲ ਦੇ ਬੱਚੇ ਨੂੰ ਤੁਸੀਂ ਆਪਣੇ ਨੂੰ ਥੱਪੜ ਮਾਰ ਕੇ ਕਹਿੰਦੇ ਚਲੋ ਅੰਦਰ ਬਾਬਾ ਚੱਕ ਕੇ ਲੈ ਜਾਓ, ਉਸਕੇ ਦਿਮਾਗ ਮੇਂ ਸੇ ਬਾਬਾ ਹੀ ਨਹੀਂ ਨਿਕਲਦਾ। ਇਹ ਤਾਂ ਫਿਰ ਸਾਡੀ ਆਪਣੀ ਕਮਜ਼ੋਰੀਆਂ, ਉਹੀ ਕਹਿ ਰਹੇ ਦੂਰ ਕਰਨੀਆਂ ਪੈਣਗੀਆਂ ਨਾ, ਕਿਉਂਕਿ ਦੇਖੋ ਅੱਜ ਇੱਕ ਕਾਲੀ ਬਣ ਕੇ ਜਾਂ ਬਜਰੰਗ ਵਾਲੀ ਬਣ ਕੇ ਭੀਖ ਮੰਗਦਾ ਫਿਰਦਾ ਜੀ, ਕਿੱਡੀ ਸਾਡੇ ਧਰਮ ਲਈ ਉਹ ਮਾੜੀ ਗੱਲ ਹੈ।